ਇਹ ਕਦੇ ਵੀ ਕੋਈ ਬੰਦਾ ਕੰਮ ਛੱਡ ਕੇ ਖੁਸ਼ ਨਹੀਂ ਹੋਇਆ ਕਰਦਾ। ਟਾਇਲਟ ਬਾਥਰੂਮਾਂ ਦਾ ਥੋੜਾ ਘਾਟ ਰਹਿੰਦੀ ਹੈ, ਲੇਡੀਜ਼ ਵਗੈਰਾ ਜਾਂਦੀ, ਬੜਾ ਔਖਾ ਕੰਮ। ਸਾਡੀ ਜਿਹੜੀ ਹੈਗੀ ਆ, ਇੱਕ ਤਾਂ ਸਾਡੀ 2.5% ਆੜ੍ਹਤ ਦੀ ਗੱਲ ਹੈਗੀ ਆ। ਕਿਸਾਨ ਲੱਭ ਦੋ, ਕਿਸਾਨ ਬੈਠਿਆ ਹੋਵੇ। ਗੁਰਸੇਵ ਸਿੰਘ ਜੀ, ਪਿੰਡ ਜੀ ਨਿਆਲ, ਕੀ ਸਮੱਸਿਆ ਤੈਨੂੰ ਮੰਡੀ ਜਾ ਰਹੀ ਅੱਜ? ਮੰਡੀ ਸਮੱਸਿਆ ਇਹ ਰਹੀ ਵੀ ਕਿਸਾਨਾਂ ਜਿਹੜੀ ਜੀਰੀ ਹੈ ਜੀ, ਉਹ ਆਈ ਪਈ ਹੈ ਨਾ, ਤਾਂ ਕਿਸਾਨ ਉਸ ਨੂੰ ਖੇਤ 'ਚ ਰੱਖ ਸਕਦਾ। ਜੇ ਖੇਤ 'ਚ ਰੱਖ ਸਕਦਾ ਉਹਦਾ ਨੁਕਸਾਨ ਹੁੰਦਾ। ਮੰਡੀ ਬੰਦ ਹੋਣ ਕਾਰਨ ਦੇ ਕਾਰਨ ਜਿੱਥੇ ਮਜ਼ਦੂਰ ਅਤੇ ਆੜ੍ਹਤੀਆਂ ਨੂੰ ਦਿੱਕਤ ਹੈ, ਕਿਸਾਨਾਂ ਨੂੰ ਉਸ ਤੋਂ 4 ਗੁਣਾ ਵੱਧ ਦਿੱਕਤ ਹੈ। ਕੀ ਕਹਿਣਾ ਚਾਹੁੰਦੇ ਸਰਕਾਰ ਨੂੰ? ਕਿਉਂਕਿ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਵੀ ਇਹ ਹੜਤਾਲ ਖਤਮ ਕਰਾ ਕੇ ਜੋ ਇਹਨਾਂ ਦੇ ਹੱਕ ਨੇ ਬਣਦੇ ਉਹ ਇਹਨਾਂ ਨੂੰ ਦਿੱਤੇ ਜਾਣ, ਜਿਹੜੀ ਕਿਸਾਨਾਂ ਦੀ ਕੋਈ ਮੁਸ਼ਕਲ ਹੈ ਉਹ ਦੂਰ ਕਰੀ ਜਾਵੇ। ਹਾਂਜੀ, ਜੇ ਹੁਣ ਕਿਸਾਨ ਜਿਹੜੀ ਜੀਰੀ ਹੈ ਇਹ ਆਪਾਂ ਘਰ ਰੱਖਦੇ, ਕਿੰਨੀ ਸਟੋਰ ਕਰਾਂਗੇ? ਜੇ ਕਿਸਾਨ ਕੋਲ 10-20 ਕਿੱਲੇ ਜੀਰੀ ਹੈ ਤਾਂ ਉਹਦੇ ਕੋਲ ਜਗ੍ਹਾ ਰੱਖਣ ਨੂੰ ਹੈ ਨਹੀਂ, ਉਹ ਨਹੀਂ ਵੱਢਦਾ ਤਾਂ ਉਹ ਖੇਤ 'ਚ ਖਰਾਬ ਹੁੰਦੀ। ਮੰਡੀ 'ਚ ਵੀ ਸਮੱਸਿਆ? ਮੰਡੀ 'ਚ ਵੀ ਸਮੱਸਿਆ ਜੀ, ਮੰਡੀ 'ਚ ਡੰਗਰ ਨੇ ਲੋਕਾਂ ਨੂੰ ਤੰਗ ਕਰਦੇ ਨੇ, ਅਤੇ ਬਾਕੀ ਦਾ ਜੇ ਹੁਣ ਜੀਰੀ ਕਿ ਬੰਦਾ ਖੇਤ ਵੱਢੂਗਾ ਜਾਂ ਮੰਡੀ 'ਚ ਬੈਠੂਗਾ, ਉਹਦੀ ਮਜਬੂਰੀ ਹੈ ਜਿਹੜੀ ਰੱਖ ਕੇ ਰੱਖਣਾ, ਅਤੇ ਨਹੀਂ ਰੱਖੀ ਰਹਿੰਦਾ ਖੇਤ ਵੱਢਦਾ ਇਕੱਲਾ ਕਿਸਾਨ, ਦੋਵੇਂ ਪਾਸੇ ਦਿੱਕਤ ਆਊਗੀ। ਸਾਡੀ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਬਈ ਜਿਹੜੀ ਹੜਤਾਲ ਹੈ ਇਹਨਾਂ ਦੇ ਹੱਕ ਆੜ੍ਹਤੀਆਂ ਦੇ ਹੱਕ ਆੜ੍ਹ ਦਿੱਤੇ ਜਾਣ, ਮਜ਼ਦੂਰਾਂ ਦੇ ਹੱਕ ਮਜ਼ਦੂਰਾਂ ਦਿੱਤੇ ਜਾਣ, ਜਿਹੜੀ ਹੜਤਾਲ ਹੈ ਉਹ ਛੇਤੋਂ ਛੇਤੀ ਖਤਮ ਕਰਾਈ ਜਾਵੇ। ਗੁਰਸੇਵਕ ਸਿੰਘ ਜੀ, ਕਿਹੜਾ ਪਿੰਡ ਹੈ? ਰੋਗੜਾ ਜੀ। ਕੀ ਲੈ ਕੇ ਆਇਆ ਫਸਲ ਅੱਜ? ਇਹ ਬਾਸਮਤੀ 1500 ਜੀ। ਅੱਜ ਹੋ ਗਈ ਬੋਲੀ? ਨਹੀਂ ਜੀ, ਇਹ ਹੜਤਾਲ ਚੱਲ ਰਹੀ ਹੈ ਜੀ। ਕਿਹਦੀ ਹੜਤਾਲ ਚੱਲ ਰਹੀ ਹੈ? ਮਜ਼ਦੂਰਾਂ ਦੀ ਅਤੇ ਆੜ੍ਹਤੀਆਂ ਦੀ। ਫਿਰ ਹੁਣ ਕੀ ਨੁਕਸਾਨ ਤੁਹਾਡਾ ਹੋ ਰਿਹਾ ਜੀ? ਨੁਕਸਾਨ ਤਾਂ ਜੀ ਸਾਡੇ ਖੇਤਾਂ 'ਚ ਵੀ ਜੀਰੀ ਪਈ ਆ, ਢੇਰ ਲੱਗੇ ਪਏ ਨੇ, ਅਸੀਂ ਲਿਆ ਨਹੀਂ ਸਕਦੇ ਉਰੇ। ਕਿਉਂ ਕਿਤੇ ਹੜਤਾਲ? ਆ ਵੀ ਰਾਤ ਮੈਂ ਤੜਕੇ 5 ਵਜੇ ਸਿੱਟ ਕੇ ਗਿਆ ਚੋਰੀਆਂ ਚੋਰੀਆਂ। ਹੜਤਾਲ ਕਿਉਂ ਕੀਤੀ ਹੈ? ਇਹ ਇਹਨਾਂ ਦਾ ਕੋਈ ਲੈਣ ਦੇਣ ਦਾ ਚੱਕਰ ਹੈ ਜੀ, ਬੋਰੀ ਬੋਰੀ ਦਾ ਹਿਸਾਬ ਕਿਤਾਬ। ਹਾਂ, ਇਹ ਮਜ਼ਦੂਰਾਂ ਦਾ, ਇਹ ਇਹਨਾਂ ਨੂੰ ਕੋਈ ਦਿੰਦੀ ਨਹੀਂ ਹੈਗੀ। ਆੜ੍ਹਤੀਆਂ ਦਾ ਵੀ ਕਮਿਸ਼ਨ ਦਾ ਕੋਈ ਹਿਸਾਬ ਕਿਤਾਬ ਆ? ਅਸੀਂ ਤਾਂ ਮੰਗ ਕਰਦੇ ਹਾਂ ਵੀ ਹੜਤਾਲ ਖੁੱਲ੍ਹੇ, ਸਾਡੀ ਜੀਰੀ ਵਿਕੇ। ਪਰੇਸ਼ਾਨੀ ਵਧੂਗੀ ਤੁਹਾਡੀ? ਪਰੇਸ਼ਾਨੀ ਤਾਂ ਫੁੱਲ ਵਧੂਗੀ ਸਾਡੀ, ਪਰੇਸ਼ਾਨੀ ਫਿਰ ਗਵਰਨਮੈਂਟ ਦੀ ਵੀ ਨਾਲੇ ਵਧੂਗੀ। ਸਰਕਾਰ ਕਹਿੰਦੇ ਪ੍ਰਬੰਧ ਪੂਰੇ ਕਰ ਲਏ ਸਾਰੇ? ਉਹ ਤਾਂ ਜੀ ਹਵਾ ਹਵਾਈ ਆ, ਉਹ ਤਾਂ ਕਾਗਜ਼ਾਂ 'ਚ ਕਰੀ ਜਾਂਦੇ ਨੇ, ਜ਼ਮੀਨ 'ਤੇ ਨਹੀਂ ਹੁੰਦੇ ਹੈਗੇ ਨਾ, ਉਰੇ ਧਰਤੀ 'ਤੇ ਨਹੀਂ ਹੁੰਦੇ ਹੈਗੇ ਪ੍ਰਬੰਧ। ਸਰਕਾਰ ਨੂੰ ਤਾਂ ਅਸੀਂ ਬੇਨਤੀ ਬਹੁਤ ਕਰਦੇ ਹਾਂ ਵੀ ਫਟਾਫਟ ਇਹਨਾਂ ਦਾ ਮਜ਼ਦੂਰਾਂ ਦਾ ਗੱਲ ਸੁਣੇ ਅਤੇ ਆੜ੍ਹਤੀਆਂ ਦੀ ਗੱਲ ਸੁਣੇ, ਸਾਡੇ ਦਾਣੇ ਵਿਕਣ। ਮੰਗ ਇਹ ਹੈ ਜੀ, ਪੰਜਾਬ ਆੜ੍ਹਤੀ ਐਸੋਸੀਏਸ਼ਨ ਵੱਲੋਂ ਔਰ ਮਜ਼ਦੂਰਾਂ ਵੱਲੋਂ ਇੱਕ ਸਾਂਝੇ ਫਰੰਟ ਦੇ ਉੱਤੇ ਇੱਕ ਕਾਲ ਦਿੱਤੀ ਗਈ ਹੈ, ਸਮੱਸਿਆਵਾਂ ਨੇ ਸਰਕਾਰ ਤੋਂ ਹੱਲ ਕਰਾਉਣ ਵਾਸਤੇ। ਬਹੁਤ ਚਿਰ ਪਹਿਲਾਂ ਵੀ ਸਰਕਾਰ ਨੂੰ ਬੜੇ ਮੈਮੋਰੈਂਡਮ ਦਿੱਤੇ ਪਰ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ, ਮਜ਼ਬੂਰ ਨੂੰ ਅੱਜ ਇਸ ਸੰਘਰਸ਼ ਵਾਸਤੇ ਪਹੁੰਚਣਾ ਪਿਆ। ਸੋ ਇਹ ਜਿਹੜੀ ਹੜਤਾਲ ਹੈ, ਇੱਕ ਤਾਂ ਜਿਹੜੀ ਆੜ੍ਹਤੀਆਂ ਦੀ ਆੜ੍ਹਤ ਹੈ ਉਹਨੂੰ ਘਟਾ ਦਿੱਤਾ ਗਿਆ, ਨਾ ਕਿ ਵਧਾਈ ਗਈ ਹੈ। ਜਦੋਂ ਕੋਈ ਖਰਚੇ ਵੱਧ ਗਏ ਸਾਰੇ ਅਤੇ ਲੋਕਾਂ ਨੂੰ ਕੋਲ ਕਾਰੋਬਾਰ ਨਹੀਂ ਹੈਗੇ, ਅਤੇ ਉਹਦਾ ਬਹੁਤ ਵੱਡਾ ਨੁਕਸਾਨ ਆੜ੍ਹਤੀਆਂ ਨੂੰ ਹੋਇਆ। ਦੂਸਰੀ ਜਿਹੜੀ ਲੇਬਰ ਦੀ ਗੱਲ ਹੈ, ਲੇਬਰ ਨੇ ਸਟ੍ਰਾਈਕ ਕੀਤੀ ਹੈ,
ਜਿਹੜੀ ਲੋਡਿੰਗ ਦਾ ਰੇਟ ਆ ਬੜਾ ਘੱਟ ਹੈ ਕਿਉਂਕਿ ਗਰਮੀ ਬੜੀ ਪੈਂਦੀ ਹੈ ਔਰ ਮਜ਼ਦੂਰ ਨੂੰ ਜੇ ਮਜ਼ਦੂਰੀ ਨਾ ਮਿਲੇ ਤਾਂ ਉਹ ਵੀ ਕੋਈ ਬੜਾ ਵਧੀਆ ਗੱਲ ਨਹੀਂ ਹੈ। ਇਸ ਕਰਕੇ ਸਾਂਝੇ ਫਰੰਟ ਦੇ ਉੱਤੇ ਐਸੋਸੀਏਸ਼ਨ ਆੜ੍ਹਤੀ ਐਸੋਸੀਏਸ਼ਨ ਅਤੇ ਆਪਣਾ ਪੰਜਾਬ ਲੇਬਰ ਨੇ ਇਹਨਾਂ ਨਾਲ ਰਲ ਮਿਲ ਕੇ ਅੱਜ ਦੀ ਜਿਹੜੀ ਹੜਤਾਲ ਕੀਤੀ ਹੈ। ਸੋ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਉਹਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਤਾਂ ਸੋ ਜਿਹੜਾ ਮੰਡੀ ਦੇ ਵਿੱਚ ਮਾਲ ਆਉਣ ਵਾਲਾ ਮਾਲ ਹੈ ਕਿਉਂਕਿ ਸੀਜ਼ਨ 6 ਮਹੀਨਿਆਂ ਬਾਅਦ ਆਉਂਦਾ, ਹਰ ਬੰਦਾ ਆਸ਼ਾ ਕਰਦਾ ਵੀ ਮੈਂ ਰੋਜ਼ੀ ਰੋਟੀ ਲੱਗਾਂ ਅਤੇ ਉਹਦੇ ਮੁਤਾਬਕ ਜਿਹੜਾ ਇਹ ਕੰਮ ਹੈ ਉਹ ਚੱਲਦਾ ਹੋਵੇ ਔਰ ਨਾ ਜ਼ਿਮੀਂਦਾਰ ਪਰੇਸ਼ਾਨ ਹੋਵੇ, ਨਾ ਮਜ਼ਦੂਰ ਹੋਵੇ, ਨਾ ਆੜ੍ਹਤੀ ਹੋਵੇ। ਸੋ ਇਹਨਾਂ ਦਾ ਫੌਰੀ ਤੌਰ 'ਤੇ ਸਰਕਾਰ ਨੂੰ ਹੱਲ ਕਰਨਾ ਚਾਹੀਦਾ। ਜੀਰੀ ਹੈ ਜੀਰੀ ਨੇ ਖਰਾਬ ਹੋ ਜਾਣਾ ਕਰਾਤ ਦੇ ਵਿੱਚ, ਮੰਡੀ ਖਾਲੀ ਪਈ ਹੈ, ਕਿਸਾਨ ਵਾਪਸ ਲਿਜਾ ਰਹੇ ਨੇ, ਲੇਬਰ ਵੀ ਸਾਡੀ ਵਿਹਲੀ ਬੈਠੀ ਹੈ, ਅਸੀਂ ਵੀ ਵਿਹਲੇ ਬੈਠੇ ਹਾਂ, ਨੁਕਸਾਨ ਹੈ, ਹਰੇਕ ਬੰਦੇ ਨੂੰ ਨੁਕਸਾਨ ਹੈ ਇਹਦਾ ਜੀ। ਫਸਲ ਆਈ ਅੱਜ ਲੈ ਕੇ? ਨਾ ਕੋਈ ਫਸਲ ਨਹੀਂ ਆਈ ਜੀ, ਜਦੋਂ ਸਟ੍ਰਾਈਕ ਦਾ ਪਤਾ ਲੱਗ ਗਿਆ ਫਸਲ ਕਿਵੇਂ ਆਉਗੀ। ਅੱਛਾ, ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਜੀ ਵੀ ਲੇਬਰ ਦਾ ਵੀ ਬਹੁਤ ਵੱਡਾ ਇਸ਼ੂ ਹੈ, ਇਹ ਵੀ ਹੱਲ ਕੀਤਾ ਜਾਵੇ ਅਤੇ ਸਾਡੀ ਆੜ੍ਹਤੀਆਂ ਦੀ ਵੀ ਡਿਮਾਂਡ ਹੈ ਵੀ ਸਾਡੀ ਆੜ੍ਹਤ ਬਰਕਰਾਰ ਰੱਖੀ ਜਾਵੇ। ਪਿਛਲੀ ਲੋਕ ਤਾਂ ਸਰਕਾਰਾਂ ਵਧਾਉਂਦੀਆਂ ਹੁੰਦੀਆਂ ਨੇ, ਇਹਨਾਂ ਨੇ ਉਲਟਾ ਘਟਾਈ ਹੈ। ਤੁਹਾਡੇ ਮਾਧਿਅਮ ਰਾਹੀਂ ਅਸੀਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਵੀ ਸਾਡੀ ਆੜ੍ਹਤ ਪਿਛਲੀ ਬਰਕਰਾਰ ਰੱਖੀ ਜਾਵੇ, ਪੁਰਾਣੀ ਜਿਹੜੀ ਸਦੀਆਂ ਨੂੰ ਚੱਲਦੀ ਆ ਰਹੀ ਹੈ ਅਤੇ ਨਾਲੇ ਲੇਬਰ ਨੂੰ ਰਾਹਤ ਦਿੱਤੀ ਜਾਵੇ ਜੀ, ਇਹਨਾਂ ਨੂੰ ਰੇਟ ਵਧਾਏ ਜਾਣ ਲੋਡਿੰਗ ਦੇ। ਅੱਜ ਦੀ ਹੜਤਾਲ ਹੈ ਗੱਲਾਂ ਮਜ਼ਦੂਰ ਯੂਨੀਅਨ ਪਾਤੜਾਂ ਦੇ ਵੱਲੋਂ ਅਣਮਿੱਥੇ ਸਮੇਂ ਲਈ ਅੱਜ 1 ਅਕਤੂਬਰ ਤੋਂ ਸ਼ੁਰੂਆਤ ਜਿਹਦੀ ਹੋ ਚੁੱਕੀ ਹੈ ਅਤੇ ਜਿਹੜੀ ਇਹ ਹੜਤਾਲ ਹੈ ਪੂਰੇ ਪੰਜਾਬ ਭਰ ਦੇ ਵਿੱਚ ਸਾਰੀ ਹੀ ਅਨਾਜ ਮੰਡੀਆਂ ਦੇ ਵਿੱਚ, ਸਾਰੀ ਹੀ ਜਥੇਬੰਦੀਆਂ ਦੇ ਵੱਲੋਂ, ਸਾਰੇ ਹੀ ਮਜ਼ਦੂਰ ਭਾਈਆਂ ਦੇ ਵੱਲੋਂ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਵੱਲੋਂ ਵੀ ਰਲ ਮਿਲ ਕੇ ਰੱਖੀ ਗਈ ਹੈ। ਹੜਤਾਲ ਦਾ ਕਾਰਨ ਸਭ ਤੋਂ ਇਹੀ ਹੈ ਕਿ ਪੰਜਾਬ ਸਰਕਾਰ ਨੇ ਅੱਜ ਤੋਂ 2 ਸਾਲ ਪਹਿਲਾਂ ਸਾਡੇ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਜਿਹੜੀ ਪੰਜਾਬ ਦੇ ਮਜ਼ਦੂਰ ਹੈ ਮੰਡੀਆਂ ਦੇ ਵਿੱਚ ਉਹਨਾਂ ਦੀ ਜਿਹੜੀ ਉਜਰਤ ਹੈ ਉਸ ਦੇ ਵਿੱਚ ਅਸੀਂ ਵਾਧਾ ਕਰਾਂਗੇ 25%, ਪਰ ਉਹ ਲਾਰਾ 2.5 ਸਾਲ ਦੇ ਦੌਰਾਨ ਉਹ ਲਾਰਾ ਹੀ ਬਣ ਕੇ ਰਹਿ ਗਿਆ, ਹੋਕਾ ਵਾਧਾ ਬਣ ਕੇ ਰਹਿ ਗਿਆ। ਸਰਕਾਰ ਨੂੰ ਯਾਦ ਕਰਾਉਣ ਵਾਸਤੇ ਸਾਨੂੰ ਅੱਜ ਜਿਹੜੀ ਇਹ ਹੜਤਾਲ ਰੱਖਣੀ ਪਈ ਹੈ। ਨਹੀਂ, ਅੱਜ ਕੋਈ ਮੰਡੀ ਦੇ ਵਿੱਚ ਫਸਲ ਨਹੀਂ ਆਈ ਹੈਗੀ। ਹਾਂ, ਆੜ੍ਹਤੀ ਵੀ ਨਾਲ ਆ ਗਿਆ, ਆੜ੍ਹਤੀ ਸਭ ਵੀ ਆ ਗਏ।